ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਸਪੀਕਰ ਸਾਹਿਬ ਦਾ ਜਿਹੜਾ ਯੂ ਟਰਨ ਹੈ ਹਾਊਸ ਦੇ ਕੋਲੋਂ ਪਾਸ ਕਰਵਾ ਲਿਆ ਕਿ DGP ਸਾਹਿਬ ਨੂੰ ਅਸੀਂ ਤਲਬ ਕਰਾਂਗੇ ਇੱਥੇ ਅਤੇ ਅੱਜ ਪੁੱਛਾਂਗੇ ਵੀ ਸਪੀਕਰ ਸਾਹਿਬ ਕਿੱਥੇ ਗਈ ਉਹ ਗੱਲ। ਇਹਦਾ ਮਤਲਬ ਆ ਵੀ ਮੈਚ ਜਿਹੜਾ ਸੀ ਉਹ ਫਿਕਸ ਹੋ ਗਿਆ, DGP ਨੂੰ ਤਲਬ ਨਹੀਂ ਕੀਤਾ ਜਾ ਰਿਹਾ। ਅੱਜ ਚਿੱਠੀ ਲਿਖ ਦਿੱਤੀ ਮੈਂ ਪੇਪਰਾਂ ਦੇ ਵਿੱਚ ਜਾਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਸੁਣਿਆ ਕਿ ਅੱਜ ਚਿੱਠੀ ਲਿਖ ਦਿੱਤੀ ਗਈ ਹੈ। ਇਹ ਗੱਲ ਤਾਂ ਫਿਰ ਸਪੀਕਰ ਸਾਹਿਬ ਨੂੰ ਪਹਿਲਾਂ ਵੀ ਪਤਾ ਹੋਣਾ ਚਾਹੀਦਾ ਸੀਗਾ ਕਿ ਅਸੀਂ ਕਿਸੇ ਨੂੰ ਹਾਊਸ ਦੇ ਅੰਦਰ ਬੁਲਾ ਸਕਦੇ ਜਾਂ ਨਹੀਂ ਬੁਲਾ ਸਕਦੇ। ਸੋਰੀ, ਹਾਂ ਮੇਰਾ ਮਤਲਬ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਬੇਬਸ ਜਿਹੜੀ ਉਹ ਨਜ਼ਰ ਆ ਰਹੀ ਹੈ। ਔਰ ਖਾਸ ਤੌਰ ਦੇ ਉੱਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦਾ, ਜਿਹੜੀ ਕੱਲ੍ਹ ਸ਼ਬਦਾਵਲੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਪ੍ਰਤੀ ਵਰਤੀ ਗਈ ਹੈ ਔਰ LOP ਪ੍ਰਤੀ ਵਰਤੀ ਗਈ ਹੈ, ਇਹ ਬਿਲਕੁਲ ਨਿੰਦਣਯੋਗ ਹੈ। ਬਹੁਤ ਸਾਰੇ ਲੋਕ ਹਿੱਤਾਂ ਦੇ ਮੁੱਦੇ ਜਿਹੜੇ ਆ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਡਿਸਕਸ ਹੋਣੇ ਚਾਹੀਦੇ ਸੀ। ਮੈਂ ਕੱਲ੍ਹ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਕਿਹਾ ਸੀਗਾ ਕਿ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ਼ ਤਾਂ ਕਾਰਵਾਈ ਹੋ ਨਹੀਂ ਰਹੀ। ਅੱਜ ਪੰਚਾਇਤ ਦਾ ਬਿੱਲ ਹੈ, ਦੱਸੋ ਜੀ ਬਈ ਜੀ ਕੋਈ ਵੀ ਸਰਪੰਚ ਜਿਹੜਾ ਉਹ ਇਲੈਕਸ਼ਨ ਜਿਹੜੀ ਹੈ ਉਹ ਪਾਰਟੀ ਸਿੰਬਲ 'ਤੇ ਨਹੀਂ ਲੜੋ। ਅੱਜ ਤੱਕ ਪੰਜ ਸਰਪੰਚ ਗਣਾ ਦੇਣ ਮੁੱਖ ਮੰਤਰੀ ਜੀ, ਮੈਂ 25 ਸਾਲ ਪਿੰਡ ਦਾ ਸਰਪੰਚ ਰਿਹਾ, ਕਦੇ ਹੋਇਆ ਹੀ ਨਹੀਂ ਇੱਦਾਂ ਦਾ। ਇਹ ਸਿਰਫ ਇੱਕ ਡਰਾਮਾ ਕਿ ਉਹ ਘੰਟੇ ਪੂਰੇ ਕਰਨੇ ਨੇ। ਕੱਲ੍ਹ ਵੀ ਇਸ ਤਰੀਕੇ ਦੇ ਨਾਲ ਹੀ ਹੋਇਆ, ਕਲੋਨੀਆਂ ਵਾਲਾ ਮੈਟਰ ਕਿਹਾ ਹੈ, ਉਹਦੇ 'ਚ 500 ਗਜ਼ ਤੱਕ ਦੇ ਪਲਾਟ ਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਹੈ, ਪਰ ਤਹਿਸੀਲਦਾਰਾਂ ਨੇ ਤਾਂ ਫਿਰ ਵੀ ਪੈਸੇ ਲੈ ਕੇ ਰਜਿਸਟਰੀਆਂ ਕਰਨੀਆਂ। ਉਹ ਤਾਂ ਇਸ ਕਰਕੇ ਹੈ ਕਿ ਪਲਾਟ ਤਾਂ ਲੀਗਲ ਹੋ ਗਿਆ, ਉਹ ਚਾਹੇ ਪੈਸੇ ਦੇ ਕੇ ਕਰਵਾ ਲਵੇ, ਲੇਕਿਨ ਜਿਹੜੀਆਂ ਕਲੋਨੀਆਂ ਉਹ ਤਾਂ ਇਲੀਗਲੀ ਰਹੀਆਂ ਨਾ। ਅੰਦਰ 7 ਵਿਧਾਇਕ, ਕੱਲ੍ਹ ਦੇ ਮੈਂ ਤੁਹਾਡੇ ਨਾਂ ਦੇ, ਤੁਸੀਂ ਖੈਰ ਬੜੇ ਸੀਨੀਅਰ ਪੱਤਰਕਾਰ ਹੋ, ਸਾਰੇ ਖੜ੍ਹੇ ਹੋ, ਉਹ ਬਿਲਕ ਰਹੇ ਨੇ ਜੀ ਸਾਡੀ ਤਾਂ ਸਪੀਕਰ ਸਾਹਿਬ ਕਹਿ ਰਹੇ ਮੇਰੀ ASI ਦੇ ਮਾਮਲੇ ਦੇ ਅੰਦਰ ਕਾਰਵਾਈ ਕਰੋ, ਅਤੇ ਅੰਦਰ MLA ਕਹਿ ਰਹੇ ਹਾਂ ਕਿ ਸਾਡੀ ਕੋਈ ਜਿਹੜਾ ਆ ਉਹ ਤਹਿਸੀਲਦਾਰ ਨਹੀਂ ਸੁਣਦਾ, ਸਾਡੀ ਕੋਈ ਥਾਣੇਦਾਰ ਨਹੀਂ ਸੁਣਦਾ, ਸਾਡੀ ਕੋਈ ਅਫਸਰ ਨਹੀਂ ਸੁਣਦਾ, ਬੇਬਸ ਹੋਏ ਹਾਂ ਜੀ, ਕੰਮ ਜਿਹੜੇ ਆ ਡਿਵੈਲਪਮੈਂਟ ਦੇ ਬਿਲਕੁਲ ਰੁਕੇ ਪਏ ਨੇ। ਔਨ ਰਿਕਾਰਡ ਕਹਿ ਰਿਹਾ, ਤੁਹਾਡੇ ਸਾਹਮਣੇ ਸਾਰਾ ਕੁਛ ਆਇਆ। ਅਤੇ ਜੇ ਮਤਲਬ ਸਰਕਾਰ ਦੇ ਵਿਧਾਇਕ ਬੇਬਸ ਹੋ ਜਾਣ ਤਾਂ ਫਿਰ ਹੋਰ ਕੋਈ ਗੱਲ ਕਹਿਣ ਵਾਲੀ ਜਿਹੜੀ ਆ ਉਹ ਰਹਿੰਦੀ ਨਹੀਂ ਆ। ਸੋ ਮੇਰੇ ਖਿਆਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਲੋਕ ਮੁੱਦੇ ਨੇ, ਅੱਜ ਪਾਣੀਆਂ ਦਾ ਮੁੱਦਾ ਕਿੱਥੇ ਗਿਆ, ਅੱਜ ਬਰਗਾੜੀ ਦਾ ਮਾਮਲਾ ਕਿੱਥੇ ਗਿਆ, ਤੁਸੀਂ ਕਹਿੰਦੇ ਸੀ ਅਸੀਂ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਰਾਤੋ ਰਾਤ ਪੜ ਕੇ, ਅੱਜ ਕਿੱਥੇ ਗੱਲਾਂ ਖੜੀਆਂ ਨੇ। ਉਹ ਜਿਹੜੇ ਬੇਸਿਕ ਮੁੱਦੇ ਸੀ ਲੋਕਾਂ ਦੇ ਉਹ ਡਿਸਕਸ ਹੋਣੇ ਚਾਹੀਦੇ ਸੀ। ਅੱਜ ਹਸਪਤਾਲਾਂ ਦਾ ਕੀ ਹਾਲ ਹੈ, ਅੱਜ ਕੀ ਇਹ ਡਿਸਕਸ ਕੀਤਾ CM ਸਾਹਿਬ ਨੇ ਬਈ ਸੈਂਟਰ ਗੌਰਮੈਂਟ ਨੇ ਸਾਡਾ ਪੈਸਾ ਰੋਕ ਦਿੱਤਾ, ਔਰ ਕਿਉਂਕਿ ਰੋਕਿਆ ਇਸ ਕਰਕੇ ਕਿ ਸਾਰਾ ਪੈਸਾ ਤਾਂ ਮਹੱਲਾ ਕਲੀਨਿਕਾਂ ਦੇ ਉੱਤੇ ਲਾ ਦਿੱਤਾ। RDF ਦਾ ਪੈਸਾ ਜਿਹੜਾ ਉਹ ਇਸ ਕਰਕੇ ਰੋਕਿਆ ਕਿ ਯੂਟੀਲਾਈਜ਼ ਸਰਟੀਫਿਕੇਟ ਜਿਹੜਾ ਉਹ ਅਸੀਂ ਹਾਲੇ ਤੱਕ ਦੇ ਨਹੀਂ ਸਕੇ, ਅਤੇ ਡਿਵੈਲਪਮੈਂਟ ਹੋ ਕਿੱਥੇ ਰਹੀ ਹੈ। ਇਹ ਸਿਰਫ ਮਹਿਜ਼ ਸਦਨ ਜਿਹੜਾ ਸੀ ਨਾ, ਇੱਕ 2-3 ਦਿਨ ਦਾ ਘੰਟੇ ਪੂਰੇ ਕਰਨ ਦਾ ਮਹਿਜ਼ ਇੱਕ ਡਰਾਮਾ ਬਣ ਕੇ ਰਹਿ ਗਿਆ। ਜਿਹੜੇ ਫੈਸਲੇ ਬਰਗਾੜੀ ਮੇਨ ਇਸ਼ੂ ਹੈ, ਔਰ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਅੰਦਰ ਮਤਲਬ ਹਾਲੇ ਤੱਕ ਸਜ਼ਾਵਾਂ ਬਿਨਾਂ ਵਜ੍ਹਾ ਭੁਗਤ ਰਹੇ ਨੇ, ਅਜਿਹੇ ਮਸਲੇ ਜਿਹੜੇ ਨੇ ਉਹ ਲੋਕ ਹਿੱਤਾਂ ਦੇ ਲਈ ਡਿਸਕਸ ਹੋਣੇ ਚਾਹੀਦੇ ਆ। ਜਿਹੜੇ ਨਹੀਂ ਹੋਏ, ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਦੇ, ਜੇ ਉਹ ਅੱਜ ਆਏ ਤਾਂ ਉਹ ਲੋਕ ਹਿੱਤਾਂ ਦੇ ਮੁੱਦਿਆਂ ਦੀ ਧਿਆਨ ਦੁਆਉ ਲੈ ਕੇ ਆਉਣ, ਅਤੇ ਉਹਨਾਂ ਦੇ ਉੱਤੇ ਮੁੱਦੇ ਡਿਸਕਸ ਹੋਣ, ਫਿਰ ਲੋਕਾਂ ਦੇ ਪੰਜਾਬ ਦਾ ਭਲਾ ਹੋ ਸਕਦਾ। ਮੈਕਸਿੰਗ ਮੈਚ ਮਿਕਸ ਹੋ ਗਿਆ, ਜੇ ਇੱਕ ਸਪੀਕਰ ਸਾਹਿਬ ਨੂੰ ਮੈਂ ਮਤਲਬ ਉਹ ਪਾਸ ਕਰਾਉਣਾ ਪੈ ਜਾਵੇ ਹਾਊਸ ਦੇ ਕੋਲੋਂ ਵੀ ਆਪਾਂ KSA ਦੇ ਖਿਲਾਫ਼ ਉਹ ਕਾਰਵਾਈ ਕਰਵਾਉਣੀ ਹੈ, ਅਤੇ ਉਹਨਾਂ ਨੇ ਕਿਹਾ ਜੀ ਅਸੀਂ DGP ਨੂੰ ਕੱਲ੍ਹ ਤਲਬ ਕਰਾਂਗੇ 10 ਵਜੇ। ਅਸੀਂ ਤਾਂ ਦੇਖਦੇ ਰਹੇ ਦੁਪਹਿਰ ਤੱਕ ਬੈਠੇ ਵੀ ਕਦੋਂ DGP ਆਉਂਦਾ, ਕਿਉਂਕਿ DGP ਨੂੰ ਤਾਂ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਤੇ ਜਿਹੜਾ ਸੀਗਾ ਉਹ ਸੱਦਣਾ ਚਾਹੀਦਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ, ਜਦੋਂ ਕਿ ਮਾਨਯੋਗ ਹਾਈ ਕੋਰਟ ਨੇ ਸਾਬਤ ਕਰ ਦਿੱਤਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ CIA ਸਟਾਫ ਰੋਪੜ ਦੇ ਵਿੱਚ ਹੋਈ ਹੈ, ਅਤੇ ਮੁੱਖ ਮੰਤਰੀ ਸਾਹਿਬ ਹੋਮ ਮਿਨਿਸਟਰ ਨੇ
ਉਹਨਾਂ ਦੇ ਕੋਲ ਮਹਿਕਮਾ ਆ, ਉਹ ਜੇਲ੍ਹ ਮੰਤਰੀ ਨੇ ਸੱਦਿਆ ਤਾਂ ਉਹਨਾਂ ਨੂੰ ਜਾਣਾ ਚਾਹੀਦਾ ਸੀ। ਜਿਹੜਾ ਹਾਈ ਕੋਰਟ ਦੇ ਅੰਦਰ ਪ੍ਰਮੋਦ ਬਾਜੀ ਦੀ ਆਈ ਹੈ, ਰਿਪੋਰਟ ਆਈ ਹੈ, ਉਸ ਮਾਮਲੇ ਦੇ ਉੱਤੇ ਜਿਹੜਾ ਆ ਮਾਮਲਾ ਆਉਣਾ ਚਾਹੀਦਾ ਸੀਗਾ, ਉਹਨਾਂ ਨੂੰ ਸੱਦਿਆ ਜਾਣਾ ਚਾਹੀਦਾ ਸੀ, ਕਟਹਿਰੇ ਦੇ ਅੰਦਰ ਡੀਜੀਪੀ ਨੂੰ ਖੜਾ ਕੀਤਾ ਜਾਣਾ। ਦੇਖੋ ਮੈਂ ਤਾਂ ਤੁਹਾਡੇ ਸਾਹਮਣੇ ਬਿਲਕੁਲ ਖੁੱਲ੍ਹ ਕੇ ਬੋਲ ਰਿਹਾ, ਬਿਲਕੁਲ ਬੇਵਾਕ, ਕੋਈ ਡਰ ਡੁਰ ਨਹੀਂ ਹੈ ਕਿਸੇ ਦਾ, ਕਿਸੇ ਗੈਂਗਸਟਰ ਦਾ ਕੋਈ ਡਰ ਨਹੀਂ ਹੈ, ਕਿਸੇ ਡੀਜੀਪੀ ਦਾ ਕੋਈ ਡਰ ਨਹੀਂ ਹੈ, ਮੁੱਖ ਮੰਤਰੀ ਦਾ ਕੋਈ ਡਰ ਨਹੀਂ ਹੈ। ਜਿਹੜੇ ਲੋਕ ਮੁੱਦਿਆਂ ਦੇ ਲਈ ਸਾਨੂੰ ਲੋਕਾਂ ਨੇ ਇੱਥੇ ਚੁਣ ਕੇ ਭੇਜਿਆ, ਉਹ ਵਿਭਾਗ ਤੁਹਾਨੂੰ ਮੀਡੀਆ ਦੇ ਸਾਹਮਣੇ ਔਰ ਹਾਊਸ ਦੇ ਸਾਹਮਣੇ ਰੱਖਣੇ ਚਾਹੀਦੇ। ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਮੀਡੀਆ ਦੇ, ਤੁਸੀਂ ਖੜ੍ਹੇ ਹੋਏ ਇੱਥੇ, ਕਿ ਤੁਸੀਂ ਪਿਛਲੇ ਦਿਨਾਂ ਤੋਂ ਬਹੁਤ ਆਪੋਜੀਸ਼ਨ ਨੂੰ ਸਮਾਂ ਦਿੱਤਾ, ਆਪੋਜੀਸ਼ਨ ਦੇ ਮੁੱਦੇ ਤੁਸੀਂ ਲੋਕਾਂ ਤੱਕ ਪਹੁੰਚਾਏ ਨੇ, ਮੈਂ ਉਹਦੇ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਅੱਜ ਪੁੱਛਾਂਗੇ ਸਪੀਕਰ ਸਾਹਿਬ ਨੂੰ ਵੀ ਚਲੋ ਏਐਸਸੀ ਸਾਹਿਬ ਤਾਂ ਡੀਜੀਪੀ ਉਹ ਆਏ ਨਹੀਂ, ਅਤੇ ਕਮ ਸੇ ਕਮ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਤੇ ਉਹਨਾਂ ਨੂੰ ਤਲਬ ਕਰ ਲਓ, ਲੋਕਾਂ 'ਚ ਕੋਈ ਮਾੜੀ ਮੋਟੀ ਆ ਜਾਏ, ਲੋਕਾਂ 'ਚ ਮਾੜੀ ਮੋਟੀ ਕੋਈ ਇਹ ਫਿਰ ਸਾਰੀ ਰਿਪੋਰਟ ਦੇ ਲਈ ਬਰਾੜ ਸਾਹਿਬ ਚਿੱਠੀ ਲਿਖੀ ਜਾਣੀ ਚਾਹੀਦੀ ਸੀ, ਜਿਹੜੀ ਅੱਜ ਇੱਕ ਹੀ ਲਿਖੀ ਨਾ, ਇੱਕ ਲਿਖੀ ਨਾ ਉਸ ਮਾਮਲੇ ਦੇ ਲਈ। ਮੈਂ ਸੋਰੀ ਮੈਂ ਅੱਛਾ ਕਹਿੰਦੇ ਕਹਿ ਸਕਦਾ, ਮੇਰੇ ਕੋਲ ਚਿੱਠੀ ਦੀ ਕਾਪੀ ਤਾਂ ਖੈਰ ਨਹੀਂ ਆਈ, ਅਖਬਾਰਾਂ ਦੇ ਰਾਹੀਂ ਪੜਿਆ, ਉਹਦੇ ਅੰਦਰ ਕਿਤੇ ਜ਼ਿਕਰ ਨਹੀਂ ਬਰਾੜ ਸਾਹਿਬ, ਉਹਦੇ ਅੰਦਰ ਬਿਲਕੁਲ ਕਿਤੇ ਜ਼ਿਕਰ ਨਹੀਂ ਹੈ ਕਿ ਅਸੀਂ ਸਾਰੇ ਮਾਮਲਿਆਂ ਦਾ, ਮਤਲਬ ਕਿ ਸਾਰੇ ਕੋਈ ਉਹਦੀ ਡਿਟੇਲ ਤਾਂ ਹੋਣੀ ਚਾਹੀਦੀ ਹੈ ਨਾ, ਫਿਰ ਹੀ ਆਪਾਂ ਉਹਨੂੰ ਮੰਨਾਂਗੇ, ਜੇ ਡਿਟੇਲ ਹੀ ਨਹੀਂ ਤਾਂ ਇਹਦਾ ਮਤਲਬ ਆ ਮਿਲੀ ਭੁਗਤ।